ਇੱਕ ਪਿੰਡ ਦੇ ਵਿੱਚ ਉਦੋਂ ਹਲਚਲ ਮੱਚ ਗਈ ਜਦੋਂ ਪਿੰਡ ਦੇ ਹੀ ਛੱਪੜ ਦੇ ਕੰਢਿਓ ਧਾਰਮਿਕ ਫੋਟੋਆਂ ਤੇ ਗੁਟਕਾ ਸਾਹਿਬ ਮਿਲੇ। ਖੇਤਾਂ ਵਿੱਚ ਕੰਮ ਕਰਦੇ ਜਦੋਂ ਕਿਸਾਨ ਦੀ ਨਜ਼ਰ ਇਹਨਾਂ ਵੱਲ ਪਈ ਤਾਂ ਉਹ ਵੀ ਹੱਕਾ ਬੱਕਾ ਰਹਿ ਗਿਆ ਤੇ ਉਸਨੇ ਤੁਰੰਤ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸੂਚਨਾ ਭੇਜੀ, ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਸੇਵਾਦਾਰ ਇੱਥੇ ਪਹੁੰਚੇ ਅਤੇ ਉਹਨਾਂ ਨੇ ਬੜੇ ਹੀ ਸਤਿਕਾਰ ਦੇ ਨਾਲ ਗੁਟਕਾ ਸਾਹਿਬ ਤੇ ਧਾਰਮਿਕ ਫੋਟੋਆਂ ਗੁਰੂ ਘਰ ਚ ਪਹੁੰਚਾਈਆਂ। ਨਾਲ ਹੀ ਇੱਥੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਕਿ ਜਿਸ ਵੱਲੋਂ ਵੀ ਇਹ ਹਰਕਤ ਕੀਤੀ ਗਈ ਹੈ, ਬੇਅਦਬੀ ਕੀਤੀ ਗਈ ਹੈ, ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ। ਤਸਵੀਰਾਂ ਕਪੂਰਥਲਾ ਦੇ ਨਡਾਲਾ ਦੀਆਂ ਨੇ, ਜਿੱਥੇ ਜੱਜੀ ਮਾਰ ਚ ਪੈਂਦੇ ਛੱਪੜ ਦੇ ਕੰਢਿਓ ਤਿੰਨ ਗੁਟਕਾ ਸਾਹਿਬ ਤੇ ਵੱਖ ਵੱਖ ਧਰਮਾਂ ਨਾਲ ਸੰਬੰਧਿਤ ਧਾਰਮਿਕ ਫੋਟੋਆਂ ਸੁੱਟੀਆਂ ਗਈਆਂ ਸਨ, ਬੇਅਦਬੀ ਕੀਤੀ ਗਈ ਸੀ, ਜਿਸ ਤੋਂ ਬਾਅਦ ਕਿਸਾਨ ਦੀ ਨਜ਼ਰ ਜੋ ਕਿ ਇੱਥੇ ਨੇੜੇ ਹੀ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ, ਤਾਂ ਉਸਨੇ ਜਦੋਂ ਦੇਖਿਆ ਕਿ ਛੱਪੜ ਦੇ ਕੰਢੇ ਗੁਟਕਾ ਸਾਹਿਬ ਤੇ ਧਾਰਮਿਕ ਫੋਟੋਆਂ ਪਈਆਂ ਨੇ ਤਾਂ ਉਹਨੇ ਤੁਰੰਤ ਹੀ ਗੁਰਦੁਆਰੇ ਵਿੱਚ ਇਤਲਾਹ ਭੇਜੀ ਅਤੇ ਫਿਰ ਮੌਕੇ ਤੇ ਗੁਰਦੁਆਰੇ ਦੇ ਮੈਨੇਜਰ ਅਤੇ ਸੇਵਾਦਾਰ ਇੱਥੇ ਪਹੁੰਚੇ, ਜਿਨ੍ਹਾਂ ਨੇ ਗੁਟਕਾ ਸਾਹਿਬ ਤੇ ਫੋਟੋਆਂ ਇਕੱਠੀਆਂ ਕੀਤੀਆਂ ਤੇ ਸਤਿਕਾਰ ਦੇ ਨਾਲ ਗੁਰੂ ਘਰ ਦੇ ਵਿੱਚ ਪਹੁੰਚਾਈਆਂ। ਕਿਸਾਨ ਦਾ ਕਹਿਣਾ ਹੈ ਕਿ ਉਸਦੀ ਤਾਂ ਅਚਾਨਕ ਨਜ਼ਰ ਪਈ ਪਰ ਕਿਸੇ ਨੂੰ ਦੇਖਿਆ ਨਹੀਂ, ਕਿਸ ਦੇ ਵੱਲੋਂ ਇਹ ਸੁੱਟੇ ਗਏ ਨੇ ਇਹ ਵੀ ਹਾਲੇ ਤੱਕ ਕੋਈ ਪਤਾ ਨਹੀਂ ਹੈ, ਜਿਸ ਲਈ ਪੁਲਿਸ ਆਸ ਪਾਸ ਦੇ CCTV ਕੈਮਰੇ ਖੰਗਾਲ ਰਹੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਪਾਪ ਕਿਹਨੇ ਕੀਤਾ ਹੈ। ਉਧਰ ਹੀ ਸੇਵਾਦਾਰਾਂ ਦੇ ਵੱਲੋਂ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਦੇ ਵੱਲੋਂ ਪੁਲਿਸ ਦੇ ਅੱਗੇ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਏ। ਪੁਲਿਸ ਦਾ ਕਹਿਣਾ ਹੈ ਕਿ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਅੱਗੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਮੈਨੂੰ ਤਕਰੀਬਨ 9 ਵਜੇ ਨਾ ਇੱਥੋਂ ਫੋਨ ਗਿਆ ਆ ਕਿ ਜੱਜੀ ਮਾਰਗ ਦੇ ਛੱਪੜ ਵਿੱਚ ਕੋਈ ਧਾਰਮਿਕ ਨੇਤਨੇਮ ਦੇ ਗੁਟਕੇ ਫੋਟੋਆਂ ਵਗੈਰਾ ਛੱਪੜ ਸੁੱਟੀਆਂ ਨੇ ਅਤੇ ਮੈਂ ਆ ਕੇ ਮੌਕਾ ਦੇਖਿਆ ਹੈਗਾ ਅਤੇ ਇਹ ਜਿੰਨਾ ਇਹ ਪ੍ਰੇਮੀਆਂ ਨੇ ਕੀਤਾ ਬਹੁਤ ਗਲਤ ਕੀਤਾ ਹੈਗਾ, ਕਿਉਂਕਿ ਗੁਰੂ ਨਾਲ ਕਿਸੇ ਨਾ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਹੈਗਾ। ਗੁਰੂ ਘਰ ਸਾਹਿਬ ਵਾਸਤੇ ਇੱਕ ਹੀ ਹਨ, ਚਾਹੇ ਕੋਈ ਮੰਦਰ ਹੈ ਜਾਂ ਮਸਜਿਦ ਹੈ ਚਾਹੇ ਕੋਈ ਗੁਰਦੁਆਰਾ ਆ, ਇਹ ਜੋ ਕੀਤਾ ਕਿਸੇ ਨੇ ਗਲਤ ਕੀਤਾ ਹੈਗਾ, ਇਹ ਨਹੀਂ ਸੀ ਕਰਨਾ ਚਾਹੀਦਾ ਹੈਗਾ। ਆਪਾਂ ਤੁਰੰਤ ਆ ਕੇ ਮੌਕਾ ਦੇਖਿਆ ਗਿਆ ਅਤੇ ਆ ਕੇ ਇਹਨੂੰ ਆਪਣੇ ਛੱਪੜ ਚੋਂ ਮਕੇ ਫੜ ਕੇ ਤਾਂ ਆਪਾਂ ਮਕੇ ਗੁਰੂ ਘਰ ਵਾਸ ਲੈ ਕੇ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਦੂਜੀ ਬੇਨਤੀ ਇਹ ਹੈ ਸੰਗਤ ਨੂੰ ਕਿ ਜੇਕਰ ਆਪਾਂ ਗੁਰੂ ਘਰ ਦੇ ਵਿੱਚ ਆਪਾਂ ਗੁਰੂ ਘਰ ਨੂੰ ਲਿਆ ਕੇ ਨਿਤਨੇਮ ਦੇ ਗੁਟਕੇ ਜਾਂ ਪੋਥੀਆਂ ਆਪਾਂ ਉਹਦੀ ਸੰਭਾਲ ਨਹੀਂ ਕਰ ਸਕਦੇ ਅਤੇ ਘਰਾਂ 'ਚ ਨਾ ਰੱਖੋ, ਗੁਰੂ ਘਰ ਜਾ ਕੇ ਹੀ ਆਪਣਾ ਨਿਤਨੇਮ ਕਰ ਲਿਆ ਕਰੋ। ਇਸ ਕਰਕੇ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ ਹੈਗਾ ਵੀ ਇਹ ਗੁਰੂ ਦੀ ਬੇਅਦਬੀ ਸਭ ਤੋਂ ਬਹੁਤ ਵੱਡੀ ਬੇਅਦਬੀ ਹੈਗੀ ਆ, ਇਹ ਤੋਂ ਆਪਾਂ ਨੂੰ ਸੁਚੇਤ ਹੋ ਕੇ ਇਹ ਕੰਮ ਕਰਨ ਦੀ ਲੋੜ ਹੈਗੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।